ਮਾਨਸਿਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਕਈ ਸਵਾਲ ਖੜੇ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਢਿੱਡ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਜਦੋਂ ਨਾਬਾਲਗ ਲੜਕੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਦੱਸਿਆ ਜਾ ਰਿਹਾ ਹੈ ਕਿ ਪੀੜਤਾ 10ਵੀਂ ਜਮਾਤ ਦੀ ਵਿਦਿਆਰਥਣ ਹੈ। ਹਸਪਤਾਲ ਪ੍ਰਸ਼ਾਸਨ ਤੋਂ ਇਲਾਵਾ ਪਰਿਵਾਰ ਵਿੱਚ ਉਸ ਸਮੇਂ ਤੜਖੱਲੀ ਮਚੀ ਜਦੋਂ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਨਾਲ ਸਵਾਲ ਉੱਠਣ ਲੱਗਾ ਕਿ ਆਖਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਕੌਣ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਸਦਮੇ ਵਿੱਚ ਹੋਣ ਦੇ ਨਾਲ ਦੋਸ਼ੀ ਦਾ ਨਾਂ ਦੱਸਣ ਵਿੱਚ ਅਸਮਰੱਥ ਹੈ। ਮਾਮਲੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਆਰੋਪੀ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਕੁਲਵਿੰਦਰ ਸਿੰਘ, ਇਹ ਜਿਹੜੇ ਇਹ ਸਰ ਨਾਬਾਲਗ ਕੁੜੀ ਦੇ ਬੱਚਾ ਹੋਇਆ ਜੀ 16 ਸਾਲ ਦੀ ਦੇ, ਇਹਦੇ ਬਾਰੇ ਜਾਣਕਾਰੀ ਦਿਓ ਸਰ। ਸਾਡੇ ਕੋਲ ਇੱਕ ਮੈਸੇਜ ਆਇਆ ਸੀ APJ ਹਸਪਤਾਲ ਤੋਂ ਰਾਜਪੁਰੇ ਤੋਂ, ਜਿੱਥੇ ਕਿ ਸਸਪੈਕਟ ਦੀਪ ਕੌਰ ਸਟੇਟਮੈਂਟ ਲੈਣ ਗਈ ਸੀ। ਜਦੋਂ ਉੱਥੇ ਜਾ ਕੇ ਪਤਾ ਕੀਤਾ ਤਾਂ ਉਹ ਲੜਕੀ 16 ਸਾਲ ਦੇ ਕਰੀਬ ਹੈਗੀ ਸੀ, ਜਿਹਦੇ ਦੌਰਾਨ ਟ੍ਰੀਟਮੈਂਟ ਉੱਥੇ ਬੱਚਾ ਹੋਇਆ ਸੀਗਾ, ਜਿੱਥੇ ਉਹਦੇ ਪੇਰੈਂਟਸ ਦਿਲਾਵਰ ਸਿੰਘ ਮਿਲੇ ਸੀ, ਜਿਨ੍ਹਾਂ ਨੇ ਆਪਣੀ ਸਟੇਟਮੈਂਟ ਵਿੱਚ ਲਿਖਾਇਆ ਕਿ ਵੀ ਜਿਹੜੀ ਇਹ ਨਾਬਾਲਗ ਬੇਟੀ ਹੈ ਸਾਡੀ, ਅਤੇ ਜਿਹਦੇ ਬਾਰੇ ਅਸੀਂ ਪੁੱਛਿਆ ਵੀ ਮਤਲਬ ਤੇਰੇ ਕਿਹਦੇ ਨਾਲ ਰਿਲੇਸ਼ਨ ਸੀ, ਉਹ ਹਲੇ ਕੁਛ ਵੀ ਦੱਸ ਨਹੀਂ ਰਹੀ, ਪਰ ਉਹਨਾਂ ਨੇ ਹਲੇ ਨਾਮ ਨੂੰ ਵਿਅਕਤੀ ਦੇ ਖਿਲਾਫ਼ ਪਰਚਾ ਦਰਜ ਕਰਾਇਆ, ਕੇਸ ਅਸੀਂ ਰਜਿਸਟਰਡ ਕਰ ਲਿਆ। ਫਰਦਰ ਜੋ ਵੀ ਸਾਨੂੰ ਉਹ ਜਾਣਕਾਰੀ ਦੇਣਗੇ, ਜੇ ਕਿਸੇ ਦਾ ਨਾਮ ਲੈਣਗੇ, ਅਸੀਂ ਉਹਨੂੰ ਅਰੈਸਟ ਕਰਕੇ ਇਨਵੈਸਟੀਗੇਸ਼ਨ ਕਰ। ਕਿਹੜਾ ਪਿੰਡ ਹੈ ਸਰ? ਮਹਿਮੂਦਪੁਰ। ਇਹ ਕਿਹੜੀ ਕਿਹੜੀ ਧਾਰਾ ਲਾਈਆਂ ਸਰ? ਇਹ ਲਾਈ 376 ਅਤੇ 506 ਪੋਕਸੋ ਐਕਟ। ਕਿਹੜੇ ਹਸਪੀਟਲ 'ਚ ਟ੍ਰੀਟਮੈਂਟ ਚੱਲ ਰਿਹਾ ਸੀ? APJ ਜੈਨ ਰਾਜਪੁਰੇ। ਧੰਨਵਾਦ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 014 31।